चार नंबर वाले जी तकरीबन 3,350 चार साढ़े चार यानी वो कमीशन भी उतों की बन जाती है। अवेयरनेस पाकिस्तान की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियो से बाखबर रह सकें। अस्सलाम वालेकुम नाज़रीन, अवेयरनेस पाकिस्तान के साथ मैं हूं आपका मेज़बान राना राशिद। नाज़रीन, मेरे साथ मेरे एक दोस्त हैं राना अब्दुर रज़ाक साहब, ये यहाँ पर ट्रांसपोर्ट का बिज़नेस करते हैं दुबई में। इनका तल्लक फैसलाबाद से है, बेसिकली गोजरा से हैं, काफ़ी अरसे से काम कर रहे हैं, इनका ट्रांसपोर्ट का अपना बिज़नेस है और अरसा दराज से ये बिज़नेस कर रहे हैं। मैंने सोचा आपके लिए वीडियो बना दूं, इनके कारोबार के मतलब पूछते हैं, इनसे बहुत सारी इन्फॉर्मेशन लेते हैं, इनसे पूछते हैं कि इन्होंने ये कारोबार कैसे शुरू किया, यहाँ पर ये कब आए, बहुत सारी इनसे इन्फॉर्मेशन लेते हैं। अस्सलाम वालेकुम राणा साहब। वालेकुम अस्सलाम जी, की हाल है? ठीक ठाक राजी भाई जी। अल्लाह का शुक्र राणा साहब, बहुत खुशी हुई तुहाडे नाल मिल के। माशाल्लाह जी माशाल्लाह। होर सुनाओ, सब ठीक ठाक हो राजी भाई जी? हाँ जी राणा साहब, असीं तुहाडे कोल आए हैं, सानूं दसो ਤੁਸੀਂ ਕਿੰਨੇ ਅਰਸੇ ਤੋਂ ਇੱਥੇ ਦੁਬਈ ਦੇ ਵਿੱਚ ਹੋ? ਇੱਥੇ ਜੀ ਸਾਨੂੰ ਹੋ ਗਏ ਕੋਈ 16-17 ਸਾਲ ਹੋ ਗਏ ਇੱਥੇ ਦੁਬਈ 'ਚ, ਟਰਾਂਸਪੋਰਟ ਦਾ ਹੀ ਕੰਮ ਕਰਦੇ ਹਾਂ। ਮਾਸ਼ਾਅੱਲਾ, ਉਦੋਂ ਜਵਾਨ ਸੀ ਜਦੋਂ ਆਏ ਸੀ ਤੁਸੀਂ ਇੱਥੇ? ਜਵਾਨ ਸੀ ਜੀ, ਹੁਣ ਤੁਹਾਨੂੰ ਪਤਾ ਇੱਥੇ ਦੀਆਂ ਖੁਰਾਕਾਂ ਅਤੇ ਇੱਥੇ ਦਾ। ਅਤੇ ਇਹ ਟਰੇਲਾ ਪਾਕਿਸਤਾਨ ਨੂੰ ਲੈ ਕੇ ਆਏ ਸੀ ਤੁਸੀਂ ਜਾਂ ਇੱਥੇ ਆ ਕੇ ਖਰੀਦਿਆ ਸੀ? ਨਹੀਂ ਜੀ, ਇੱਥੇ ਆ ਕੇ ਖਰੀਦਿਆ, ਪਾਕਿਸਤਾਨ ਨੂੰ ਨਹੀਂ, ਇੱਥੋਂ ਖਰੀਦਿਆ। ਅਤੇ ਇਹ ਲੇਕਿਨ ਪੈਸੇ ਕਿਹੜੇ ਪਾਕਿਸਤਾਨ ਨੂੰ ਲਿਆ ਕੇ ਅਤੇ ਟਰਾਲਾ ਇੱਥੇ ਖਰੀਦਿਆ, ਬਿਜ਼ਨਸ ਯਾਨੀ ਇੱਥੇ ਕੀਤਾ, ਯਾਨੀ ਕਮਾਈ ਕਿਹੜੀ ਪਾਕਿਸਤਾਨ ਨੂੰ ਪੈਸੇ ਲਿਆਉਂਦੇ ਅਤੇ ਕਾਰੋਬਾਰ ਇੱਥੇ ਕੀਤਾ। ਮਾਸ਼ਾਅੱਲਾ ਬਥੇਰਾ ਕਮਾਇਆ, ਲੇਕਿਨ ਉਹ ਪਹਿਲੇ ਵਰਗੇ ਹਾਲਾਤ ਕਿਹੜੇ ਹੁਣ ਨਹੀਂ ਹੈਗੇ। ਪਹਿਲੇ ਇੱਕ ਗੱਡੀ ਤਕਰੀਬਨ 25-26 ਹਜ਼ਾਰ ਦਾ ਕੰਮ ਕਰਦੀ ਸੀ, ਉਹ ਹੀ ਗੱਡੀ ਕਿਹੜੀ ਹੈ ਇਸ ਟਾਈਮ 7-8 ਹਜ਼ਾਰ ਦਾ ਕੰਮ ਕਰ ਰਹੀ ਹੈ। ਇਸ ਤਰ੍ਹਾਂ ਕਿਉਂ ਕੰਮ ਦੇ ਹਾਲਾਤ ਆ, ਕੰਮ ਕਿਉਂ ਡਾਊਨ ਹੈ ਜੀ? ਕੰਮ ਡਾਊਨ ਤਦ ਕਰਕੇ ਹੋ ਗਿਆ ਜੀ, ਜਿਉਂ ਕਤਰ ਬੰਦ ਹੋਇਆ ਨਾ, ਉਹਦੀ ਵਜ੍ਹਾ ਨਾਲ ਕਾਫੀ ਅਸਰ ਕਾਰੋਬਾਰ 'ਚ ਪਿਆ। ਯਾਨੀ ਹੁਣ ਟਰਾਂਸਪੋਰਟ ਦੇ ਯਾਨੀ ਇੱਕ ਦੋ ਗੱਡੀ ਵਾਲੇ ਤਾਂ ਤਕਰੀਬਨ ਹੁਣ ਵੈਲਿਊ ਕੋਈ ਨਹੀਂ ਗਿਣਿਆ, ਕੋਈ 100-200 ਗੱਡੀ ਹੈ। ਹਾਂਜੀ, ਉਹ ਕੰਪਨੀਆਂ ਕੋਲ ਕੰਮ ਫੜਦੇ, ਉਹਨਾਂ ਨੂੰ ਪੇਮੈਂਟ ਦੀ ਵੀ ਕੋਈ ਟੈਨਸ਼ਨ ਨਹੀਂ ਹੈਗੀ। ਅਤੇ ਪੇਮੈਂਟ ਕੈਸ਼ ਹੁੰਦੀ ਹੈ ਜਾਂ ਉਧਾਰ ਹੁੰਦਾ? ਨਹੀਂ ਨਹੀਂ ਜੀ, ਕ੍ਰੈਡਿਟ ਦੇ ਕੈਸ਼ ਜੇ ਸਾਰਾ ਕ੍ਰੈਡਿਟ ਆ। ਹੁਣ ਕੈਸ਼ ਵਾਲਾ ਕੰਮ ਨਹੀਂ ਰਿਹਾ, ਪਹਿਲੇ ਕੈਸ਼ ਵਾਲਾ ਕੰਮ ਹੈ ਸੀ, 15 ਦਿਨੀ 20 ਦਿਨੀ ਮਹੀਨੇ ਬਾਅਦ ਪੈਸੇ ਲੱਭ ਜਾਂਦੇ ਸੀ। ਤਕਰੀਬਨ ਹੁਣ ਕਿਹੜਾ ਤਕਰੀਬਨ 3-4 ਮਹੀਨੇ 5 ਮਹੀਨੇ ਹਾਂਜੀ ਉੱਥੇ ਜਾ ਕੇ। ਅਤੇ ਰਾਣਾ ਸਾਹਿਬ, ਲਾਇਸੈਂਸ ਤੁਸੀਂ ਕਿਸ ਤਰ੍ਹਾਂ ਲਿਆ? ਪਹਿਲੇ ਪਾਕਿਸਤਾਨ ਤੁਹਾਡੇ ਕੋਲ ਲਾਇਸੈਂਸ ਹੈਗਾ ਸੀ? ਨਹੀਂ ਨਹੀਂ ਜੀ, ਇੱਥੇ ਆ ਕੇ ਲਾਇਸੈਂਸ ਲਿਆ। ਪਹਿਲੇ ਮੈਂ ਸਾਊਦੀਆ ਸੀ, ਸਾਊਦੀਆ ਦਾ ਲਾਇਸੈਂਸ ਕਿਹੜਾ ਇੱਥੇ ਚੇਂਜ ਹੋ ਗਿਆ। ਹਾਂਜੀ, ਅਤੇ ਫਿਰ ਕੋਈ 6 ਮਹੀਨੇ ਡਰਾਈਵਿੰਗ ਕੀਤੀ, ਉਸ ਤੋਂ ਬਾਅਦ ਫਿਰ ਆਪਣੀ ਗੱਡੀ ਲੈ ਲਈ। ਅਤੇ ਮੈਂ ਸੁਣਿਆ ਕਹਿੰਦੇ ਦੁਬਈ ਦਾ ਜਿਹੜਾ ਲਾਇਸੈਂਸ ਆ ਬਹੁਤ ਮੁਸ਼ਕਿਲ ਮਿਲਦਾ ਵਾ? ਵਾਕਈ ਬਹੁਤ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਬਹੁਤ ਮੁਸ਼ਕਿਲ ਮਿਲਦਾ ਹੈਗਾ। ਕੀ ਇਹਦੇ 'ਚ ਮੁਸ਼ਕਿਲਾਂ ਹੁੰਦੀਆਂ ਜਰਾ ਦੱਸੋ ਸਰ? ਮੁਸ਼ਕਿਲਾਂ ਸਰ ਜੀ, ਪਹਿਲੇ ਤੋਂ 2007-08 'ਚ ਇਹ ਆਸਾਨੀ ਨਾਲ ਮਿਲ ਜਾਂਦਾ ਸੀ, ਉਹ ਤੋਂ ਬਾਅਦ ਫਿਰ ਇੱਕ ਨੂੰ ਚੇਂਜ ਹੁੰਦੇ ਗਏ ਅਤੇ ਟਰਾਈਆਂ ਵੀ ਮੁਸ਼ਕਿਲ ਹੁੰਦੀਆਂ ਗਈਆਂ। ਹੁਣ 40 ਤਲੀਮਾਂ ਕਿਹੜੀਆਂ ਜ਼ਰੂਰੀ ਇਹਦੇ ਵਾਸਤੇ, ਲਾਇਸੈਂਸ ਵਾਸਤੇ? ਹਾਂਜੀ, 40 ਤਲੀਮਾਂ ਤੋਂ ਬਾਅਦ ਜਾ ਕੇ ਤੁਹਾਡਾ ਟਰਾਈ ਪਏਗੀ। ਅੱਛਾ, ਅਗਰ ਕੋਈ ਬੰਦਾ ਆਪਣਾ ਟਰੈਲਾ ਜਾਂ ਗੱਡੀ ਲੈਣੀ ਚਾਹੋਵੇ ਤਾਂ ਉਹਦੇ ਕੋਲ ਕਿੰਨੇ ਪੈਸੇ ਹੋਣੇ ਚਾਹੀਦੇ? ਇਸ ਟਾਈਮ ਤੋਂ ਤਕਰੀਬਨ ਕੋਈ ਆਪਣੀ ਗੱਡੀ ਲੈਣੀ ਹੋਏ ਤਾਂ 50-60 ਹਜ਼ਾਰ 'ਚ ਗੱਡੀ ਮਿਲ ਜਾਂਦੀ, ਗੱਡੀ ਟਰਾਲਾ ਮਿਲ ਜਾਂਦਾ। ਜਦੋਂ ਅਸੀਂ ਲਈ ਉਦੋਂ ਤਾਂ 1.5-1.5 ਲੱਖ ਰੁਪਏ ਦੀ ਇਕੱਲੀ ਗੱਡੀ ਸੀਗੀ। ਅੱਛਾ, 50-60 ਹਜ਼ਾਰ 'ਚ ਯੂਜ਼ਡ ਟਰਾਲਾ ਮਿਲਦਾ ਜਾਂ ਚੱਲ ਨਵਾਂ? ਨਹੀਂ ਨਹੀਂ, ਰੂ 'ਚ ਮਿਲੇਗਾ, ਤੁਹਾਨੂੰ ਨਵਾਂ ਨਹੀਂ ਮਿਲ ਜੇ ਅੱਜ। 50-60 ਹਜ਼ਾਰ ਦੇ ਕੇ ਤਾਂ ਫਿਰ ਉਹਦਾ ਕੀ ਤਰੀਕਾ ਥੋੜ੍ਹਾ ਦੱਸੋ? ਉਹਦਾ ਇਹ ਆ ਜੀ, ਲੈ ਕੇ ਫਿਰ ਸਾਨੂੰ ਸ਼ਿਪਿੰਗ ਕੰਪਨੀਆਂ ਨਾਲ ਯਾਨੀ ਕਿੱਦਾਂ ਅਸੀਂ ਪੁਰਾਣੇ ਬੰਦੇ ਆ, ਸਾਡੇ ਨਾਲ ਰਾਬਤਾ ਕਰੋ, ਫਿਰ ਇੱਦਾਂ ਹੀ ਤਲੁਕਾਤ ਦੀ ਵਹਿਣ ਵਾਸਤੇ ਵਾਸਤੇ ਕੰਮ ਮਿਲੇਗਾ। ਨਹੀਂ ਨਹੀਂ, ਕਦੋਂ ਤੁਸੀਂ ਆਖੋ ਪਹਿਲੇ ਆਉਂਦੇ ਹੀ ਇਹਦੇ ਵਿੱਚ ਪਹਿਲੇ ਸੈੱਟ ਹੋਣਾ ਪਏਗਾ, ਆਸਤੇ ਆਸਤੇ ਫਿਰ ਜਾ ਕੇ ਸ਼ਿਪਿੰਗ ਕੰਪਨੀਆਂ ਨਾਲ ਹੈਲੋ ਹੈਲੋ ਕਰੋ, ਹਾਂਜੀ, ਫਿਰ ਜਾ ਕੇ ਤੁਸੀਂ ਮਾਰਕੀਟ ਦੇ ਅੰਦਰ ਆਓਗੇ। ਵਾਕਫੀਅਤ ਬਣਾਉਣੀ ਪਏਗੀ? ਵਾਕਫੀਅਤ ਬਣਾਉਣੀ ਪਏਗੀ ਜੀ। ਅਤੇ ਤੁਸੀਂ ਜਦੋਂ ਆਏ ਉਦੋਂ ਕੀ ਮੁਸ਼ਕਲਾਂ ਤੁਹਾਨੂੰ ਪੇਸ਼ ਆਈਆਂ, ਥੋੜ੍ਹਾ ਜਿਹਾ ਦੱਸੋ ਸਾਨੂੰ? ਉਦੋਂ ਸਰ ਜੀ, ਜਦੋਂ ਅਸੀਂ ਆਏ ਉਦੋਂ ਤਾਂ ਤਕਰੀਬਨ ਗੱਡੀਆਂ ਬਹੁਤ ਕੰਮ ਸੀਗੀਆਂ, ਠੀਕ ਹੈ ਨਾ। ਉਦੋਂ ਤਾਂ ਤਕਰੀਬਨ ਇੰਨਾ ਕੁ ਕੰਮ ਸੀਗਾ, ਅਸੀਂ ਬਾਹਰ ਕੰਮ ਦਿੰਦੇ ਸੀਗੇ, ਠੀਕ ਹੈ ਨਾ। ਹੁਣ ਗੱਡੀ ਇੰਨੀ ਕੁ ਹੋ ਗਈ ਦੁਬਈ 'ਚ, 1-2 ਗੱਡੀ ਵਾਲੇ ਦੀ ਬੁੱਕ ਤੀ ਕੋਈ ਨਹੀਂ ਹੈਗੀ। 100-100, 200-200 ਗੁਣਿਆਂ ਕੋਲ ਗੱਡੀ ਆ, ਉਹ ਕੰਮ ਫੜਦੇ ਆ, ਘੱਟ ਰੇਟ 'ਤੇ ਫੜ ਲੈਂਦੇ, ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿਉਂਕਿ 1-2 ਗੱਡੀ ਘੱਟ ਆ, ਅਤੇ ਉਹਨੇ ਵਿਚਾਰੇ ਨੇ ਰੇਟ ਘੱਟ ਕਰਕੇ ਕਿੱਥੇ ਜਾਣਾ।
ਤੇ ਪਹਿਲੇ ਜਦੋਂ ਹਾਲਾਤ ਅੱਛੇ ਸੀ ਉਦੋਂ ਤਕਰੀਬਨ ਮਹੀਨਾ ਕਿੰਨਾ ਨਿਕਲ ਆਉਂਦਾ ਸੀ? ਉਦੋਂ ਇੱਕ ਗੱਡੀ ਕਿਹੜੀ ਆ ਤਕਰੀਬਨ 25-26-30 ਹਜ਼ਾਰ ਤੱਕ ਕਿਹੜੀ ਗੱਡੀ ਕੰਮ ਕਰਦੀ ਸੀ ਉਹਦੇ ਵਿੱਚ 30,000 ਦਰਮ 30,000 ਦਰਮ ਮੇਰੀ ਆਪਣੀ ਗੱਡੀ ਨੇ 30-32-33 ਹਜ਼ਾਰ ਤੱਕ ਮਹੀਨੇ ਦਾ ਕੰਮ ਕੀਤਾ ਉਹਦੇ ਵਿੱਚੋਂ ਹਿਸਾਬ ਲਾ ਲਓ ਕੋਈ 5-7 ਹਜ਼ਾਰ ਖਰਚਾ ਲਾ ਲਓ ਬਾਕੀ ਬੱਚਤ ਹੀ ਹੁੰਦੀ ਸੀ ਅਤੇ ਹੁਣ ਕੰਮ ਦਾ ਅੱਧੋ ਅੱਧ ਫਰਕ ਹੈ ਜਾਂ ਜ਼ਿਆਦਾ? ਅੱਧੇ ਤੋਂ ਵੀ ਜ਼ਿਆਦਾ ਹੋ ਗਿਆ ਜੀ ਹੁਣ ਤੁਹਾਨੂੰ ਆਖਿਆ ਗੱਡੀ ਕੋਈ 7-8 ਹਜ਼ਾਰ ਦਾ ਕੰਮ ਕਰਦੀ ਮਹੀਨੇ ਦਾ ਅਤੇ ਇਸ ਜਿਹੜੇ ਹਾਲਾਤ ਚੱਲਣ ਡੇ ਆ ਕੋਵਿਡ-19 ਦੀ ਵਜ੍ਹਾ ਨਾਲ ਜਿਹੜੇ ਹਾਲਾਤ ਖਰਾਬ ਹੋਏ ਆ ਇਸ ਹਾਲਾਤ 'ਚ ਜਿਹੜੇ ਨਵੇਂ ਬੰਦੇ ਆਉਂਦੇ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ? ਆਪਣੀ ਮਸ਼ਵਰਾ ਇਹ ਦੇਵਾਂਗੇ ਲੇਕਿਨ ਆਪਣਾ ਤੁਸੀਂ ਨਾ ਗੱਡੀ ਖਰੀਦਣ ਦੇ ਬਾਰੇ ਸੋਚੋ, ਇਹ ਸੋਚੋ ਤੁਸੀਂ ਬਾਹਰ ਡਰਾਈਵਿੰਗ ਕਰ ਲਓ ਸਹੀ ਹੈ। ਸੈਲਰੀ ਚੰਗੀ ਮਿਲ ਜਾਂਦੀ? ਸੈਲਰੀ ਅੱਛੀ ਮਿਲ ਜਾਂਦੀ ਹੈ, ਸੈਲਰੀ ਠੀਕ ਮਿਲ ਜਾਂਦੀ, ਕੋਈ ਟੈਨਸ਼ਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ। ਹੁਣ ਆਪਣੀ ਗੱਡੀ ਲਿਆ ਕੇ ਤਾਂ ਟੈਨਸ਼ਨ ਹੀ ਟੈਨਸ਼ਨ ਹੈ ਜੀ, ਕੰਮਾਂ ਦੇ ਹਾਲਾਤ, ਨਵਾਂ ਬੰਦਾ ਵੈਸੇ ਨਹੀਂ ਚੱਲ ਸਕਦਾ, ਕਿਹੜਾ 4-4 ਮਹੀਨੇ ਦਾ ਕ੍ਰੈਡਿਟ ਕਰੂਗਾ। ਅਤੇ ਇਹਦੇ 'ਚ ਲਾਇਸੈਂਸ ਕਿਹੜਾ ਚੱਲਦਾ ਇਹਦੇ ਬਾਰੇ ਦੱਸਿਓ? ਲਾਇਸੈਂਸ ਇਹਦੇ 'ਚ ਚੱਲਦਾ ਜੀ 4 ਨੰਬਰ। ਅੱਛਾ, ਵੱਡੀ ਗੱਡੀ 4 ਨੰਬਰ ਚੱਲਦਾ ਵਾ, ਲਾਇਸੈਂਸ ਚੱਲਦਾ ਇਹਦੇ ਵਿੱਚ। ਉਹਦੀ ਕੋਈ ਫੀਸ ਫੂਸ ਦਾ ਪਤਾ ਹੋਵੇ ਤੁਹਾਨੂੰ? ਨਹੀਂ, ਫੀਸ ਤਾਂ ਉਹ ਤਾਂ ਟਰਾਈਆਂ ਦੇ ਕੇ ਲੈਣੀ ਹੈ ਨਾ, ਉਹ ਤਾਂ ਕਿੱਥੇ ਤੱਕ ਉਹ ਤਾਂ ਤੁਸੀਂ ਆਪਣੀ ਸੋਚ ਹੈ ਨਾ ਕਿੱਥੇ ਤੱਕ ਜਾਂਦੇ ਆ ਤੁਹਾਡਾ, ਕੋਸ਼ਿਸ਼ ਕਰੋ ਜਲਦੀ। ਹਾਂਜੀ, ਕਦੋਂ ਤੁਸੀਂ ਸੋਚਣਾ ਨਹੀਂ ਕਦੇ, ਇੱਕ ਟਰਾਈ ਦਿੱਤੀ ਫੇਲ ਹੋ ਗਏ, ਦੂਸਰੀ ਕੀਤੀ ਫੇਲ ਹੋ ਗਏ, ਇੱਦਾਂ ਹੀ ਫੇਲ ਹੁੰਦੇ ਰਹੇ ਤਾਂ ਫਿਰ ਕਿੱਥੇ ਜਾਓਗੇ? ਅਤੇ ਜਿਹੜਾ ਬੰਦਾ ਪਾਕਿਸਤਾਨ ਵੱਡੀ ਗੱਡੀ ਚਲਾ ਲੈਂਦਾ ਉਹ ਇੱਥੇ ਡਰਾਈਵਿੰਗ ਲਾਇਸੈਂਸ ਬਣਾਉਣਾ ਉਹਨੂੰ ਆਸਾਨ ਹੀ ਆ? ਨਹੀਂ ਨਹੀਂ, ਲਾਇਸੈਂਸ ਤਕਰੀਬਨ ਇਹ ਥੋੜ੍ਹਾ ਬਹੁਤਾ ਫਰਕ ਪਊਗਾ, ਇੰਨਾ ਫਰਕ ਨਹੀਂ ਪੈਂਦਾ, ਉਹ ਮਿਲ ਜਾਂਦਾ ਹੈਗਾ, ਉਹਨੂੰ ਵੀ ਮਿਲ ਜਾਂਦਾ, ਕਿਹੜੇ ਇੱਥੇ ਜੀਰੋ ਆ, ਕਿਹੜੇ ਨੇ ਵਿਚਾਰਿਆਂ ਨੇ ਕੁਛ ਨਹੀਂ ਚਲਾਇਆ, ਉਹ ਵੀ ਇੱਥੇ ਲਾਇਸੈਂਸ ਲੈਂਦੇ ਆ। ਲੇਕਿਨ ਥੋੜ੍ਹਾ ਬਹੁਤਾ ਕਿਹੜਾ ਡਰਾਈਵਰ ਬੰਦਾ ਥੋੜ੍ਹਾ ਬਹੁਤਾ ਫਰਕ ਪੈਂਦਾ, ਇੰਨਾ ਫਰਕ ਨਹੀਂ ਪੈਂਦਾ ਹੈਗਾ। ਲੇਕਿਨ ਹੁਣ ਕਿਹੜਾ ਡਰਾਈਵਰ ਆ ਉਹ ਵੀ ਇੱਥੇ ਜੀਰੋ ਆ, ਉਹਨੇ ਵੀ 40-40 ਤਲੀਮਾਂ ਕਰਨੀਆਂ। ਹਾਂਜੀ, ਇਸ਼ਾਰੇ ਉਹਦੇ ਮਾਫ਼ ਹੋਣਗੇ, ਅਤੇ ਬਾਕੀ ਨਵੇਂ ਪੁਰਾਣੇ ਥੋੜ੍ਹਾ ਬਹੁਤਾ ਹੀ ਫਰਕ, ਐਡਾ ਖਾਸ ਕੋਈ ਨਹੀਂ ਹੈਗਾ। ਅਤੇ ਜਿਹੜੀ ਤੁਸੀਂ ਗੱਡੀ ਆ ਕੇ ਲਈ ਸੀ ਉਹੀ ਗੱਡੀ ਤੁਹਾਡੇ ਕੋਲ ਜਾਂ ਤੁਸੀਂ ਨਵੀਆਂ ਚੇਂਜ ਵੀ ਕੀਤੀਆਂ ਗੱਡੀਆਂ? ਨਹੀਂ ਜੀ, ਉਹੀ ਇੱਕ ਮੇਰੇ ਕੋਲ ਪੁਰਾਣੀ, ਇੱਕ ਨਵੀਂ ਲਈ ਸੀ, ਉਹ ਬਾਅਦ 'ਚ ਸੇਲ ਕਰ ਦਿੱਤੀ, ਇਹੋ ਜਿਹੇ ਮੇਰੇ ਕੋਲ ਉਹੀ ਇੱਕ ਛੋਟੀ ਹੈ। ਅਤੇ ਹੋਰ ਵੀ ਕੋਈ ਛੋਟੀ ਗੱਡੀ ਵੀ ਰੱਖੀ? ਛੋਟੀ ਗੱਡੀ ਵੀ ਹੈ ਜੀ, ਮਾਸ਼ਾਅੱਲਾ, ਉਹ ਜਿਉਂ ਗੱਡੀ ਲਈ ਅਤੇ ਨਾਲ ਛੋਟੀ ਵੀ ਰੱਖੀ ਆਉਣ ਜਾਣ ਵਾਸਤੇ ਆਪਣੇ ਨਾ। ਟਰੇਲਾ ਆਪਣਾ ਜਿਹੜਾ ਤੁਸੀਂ ਉਹ ਕਿੱਥੇ ਖੜਾ ਕਰਦੇ ਹੋ, ਕੀ ਉਹਦਾ ਤਰੀਕਾਕਾਰ? ਪਹਿਲੇ ਤਾਂ ਇਹ ਸੀ ਜੀ, ਇੱਥੇ ਖੜਾ ਕਰ ਦੇਈਦਾ ਸੀ, ਵੀਰ ਖੜਾ ਕਰਦੇ ਆ ਕਿੱਥੇ, ਰਿਹਾਇਸ਼ ਇੱਥੇ ਲਾਈਦੇ ਸੀ, ਹੁਣ ਉਹ ਸਖਤੀ ਹੋਣ ਦੇ ਬਾਵਜੂਦ ਉਹ ਜਬਲੇ ਲਈ ਖੜੀ ਕਰੀਦੀ, ਇੱਥੇ ਛੋਟੀ ਗੱਡੀ 'ਤੇ ਜਾਈਦਾ ਅਤੇ ਛੋਟੀ ਗੱਡੀ 'ਤੇ ਆਈਦਾ। ਅਤੇ ਸਰ ਜੀ, ਜਿਹੜਾ ਪਾਕਿਸਤਾਨੋਂ ਬੰਦਾ ਹੁੰਦਾ, ਦੂਸਰਾ ਇਹ ਕੋਈ ਡਰਾਈਵਰ ਭਰਾ ਇੱਥੇ ਦੁਬਈ ਦੇ ਵਿੱਚ ਮੌਜੂਦ ਆ, ਉਹਦੇ ਕੋਲ 4 ਨੰਬਰ ਲਾਇਸੈਂਸ ਹੈਗਾ ਵਾ ਜਾਂ 3 ਨੰਬਰ ਉਹਦੇ ਕੋਲ ਲਾਇਸੈਂਸ ਆ, ਉਹਨਾਂ ਨੂੰ ਕੋਈ ਮਸ਼ਵਰਾ ਦਿਓ ਕਿ ਉਹ ਜੋਬ ਕਰ ਲੈਣ, ਉਹਨਾਂ ਨੂੰ ਅੱਛੀ ਤਨਖਾਹ ਮਿਲ ਜਾਵੇਗੀ ਕੀ? ਇਹ ਜੀ, ਉਹਨਾਂ ਨੂੰ ਮਸ਼ਵਰਾ ਇਹ ਦੇਵਾਂਗੇ ਲੈ ਵੀ ਤੁਸੀਂ ਆਪਣੀ ਜੋਬ ਕਰੋ, ਆਪਣਾ ਬਿਜ਼ਨਸ ਟਰਾਲੇ ਵਾਲੇ ਬੰਨੇ ਨਾ ਜਾਓ, ਕਿਵੇਂ ਹਾਲਾਤ ਨਹੀਂ ਹੈਗੇ ਅੱਜ ਕੱਲ੍ਹ, ਤੁਸੀਂ ਆਪਣੀ ਡਰਾਈਵਰੀ ਕਰੋ, ਕਿੰਨਾ ਅੱਜ ਕੱਲ੍ਹ ਉਹ ਆਪਣਾ ਗੱਡੀ ਵਾਲਾ ਕਮਾਈ ਕਰ ਰਿਹਾ, ਉਹ ਤੋਂ ਅੱਛੀ ਡਰਾਈਵਰ ਕਿਹੜਾ ਆਪਣੀ ਗੱਡੀ 4 ਨੰਬਰ ਵਾਲੇ ਜੀ ਤਕਰੀਬਨ 3,000-3,500, 4-4.5 ਯਾਨੀ ਉਹ ਕਮਿਸ਼ਨ ਵੀ ਉੱਤੋਂ ਦੀ ਬਣ ਜਾਂਦੀ ਹੈਗੀ। ਠੀਕ ਹੋ ਗਿਆ ਨਾ, ਇਹ ਅੱਛੀ ਮਸ਼ਵਰਾ ਇਹੀ ਦੇਵਾਂਗੇ, ਲੇਕਿਨ ਜੋਬ ਕਰੋ, ਨਵਾਂ ਬੰਦਾ ਜਿਹੜਾ ਵੀ ਆਉਂਦਾ ਜੋਬ ਕਰੋ, ਫਿਰ ਆਸਤੇ ਆਸਤੇ ਬਾਗਵੀਤ ਕੱਢੋ, ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਟਰਾਂਸਪੋਰਟ ਵੱਲ ਆਓ। ਸਹੀ ਹੋ ਗਿਆ। ਅਤੇ ਰਣ ਸਾਹਿਬ, ਇਹ ਗੱਡੀ ਜੇ ਖਰਾਬ ਵਗੈਰਾ ਵੀ ਹੁੰਦੀ ਰਸਤੇ 'ਚ ਤਾਂ ਉਦੋਂ ਕੀ ਕਰਦੇ ਹੋ ਤੁਸੀਂ? ਉਦੋਂ ਇਹ ਆ ਜੀ, ਮਕੈਨਿਕ ਇੱਥੇ ਆ, ਮਕੈਨਿਕਾਂ ਨੂੰ ਫਿਰ ਬੁਲਾ ਲਈਦਾ, ਫੋਨ ਕਰੀਦਾ, ਮਕੈਨਿਕ ਆ ਜਾਂਦੇ ਆ, ਆਸਾਨੀ ਨਾਲ ਪਹੁੰਚ ਜਾਂਦੇ। ਲੇਕਿਨ ਉਹਨਾਂ ਦੀ ਨਹੀਂ ਨਹੀਂ ਮਸਲਾ ਨਹੀਂ ਬਣਦਾ, ਇਹ ਪਾਕਿਸਤਾਨ ਮੰਗਣ ਨਹੀਂ, ਇੱਥੇ ਫੋਨ ਕਰੋ ਜੀ, ਜਾਓ ਜੀ ਟਾਇਰ ਆਪ ਖੋਲੋ, ਇੱਥੇ ਫੋਨ ਕਰੋ ਟਾਇਰ ਵਾਲਾ ਆਉਂਦਾ, ਗੱਡੀ ਖਰਾਬ ਹੋ ਗਈ, ਮਕੈਨਿਕ ਨੂੰ ਫੋਨ ਕਰੋ, ਆਪਣੀ ਗੱਡੀ ਆ ਕੇ ਲੈ ਕੇ ਆਏਗਾ, ਗੱਡੀ ਤੁਹਾਡੀ ਸਹੀ ਕਰ ਦੇਗਾ, ਲੇਕਿਨ ਉਹ ਥੋੜ੍ਹਾ ਜਿਹਾ ਆਪਣਾ ਚਾਰਜਿੰਗ ਕਿਹੜੇ ਜ਼ਿਆਦਾ ਲਊਗਾ। ਯਾਨੀ ਸਹੂਲਤ ਹੈ ਵਾ ਇੱਥੇ? ਸਹੂਲਤ ਹੈ, ਪਾਕਿਸਤਾਨ ਮੰਗਣੀ, ਪਾਕਿਸਤਾਨੀ ਦੇਖੇ, ਪਾਕਿਸਤਾਨ ਉੱਥੇ ਉਹ ਵਿਚਾਰੇ ਜੈਕ ਆਪ ਹੀ ਮਾਰਦੇ, ਟਾਇਰ ਆਪ ਖੋਲਦੇ, ਹੈ ਜੀ, ਅਤੇ ਇੱਥੇ ਅਲਹਮਦੁਲਿਲਾ ਫੋਨ ਕਰੋ। ਅਤੇ ਛੁੱਟੀ ਕਿੰਨੀ ਦੇਰ ਬਾਅਦ ਜਾਂਦੇ ਹੋ? ਛੁੱਟੀ ਆਪਣੀ ਮਦਦ ਭਾਵੇਂ 6 ਮਹੀਨੇ ਬਾਅਦ ਚਲ ਜਾਓ, 3 ਮਹੀਨੇ ਬਾਅਦ ਚਲ ਜਾਓ, ਹੈ ਜੀ, ਸਾਲ ਬਾਅਦ ਚਲ ਜਾਓ, 2 ਸਾਲ ਬਾਅਦ ਚਲੇ ਜਾਓ, ਕਿਤੇ ਆਪਣਾ ਬਿਜ਼ਨਸ ਹੋ ਤਾਂ ਜਿੰਨੀ ਵਾਰ ਜਿਵੇਂ ਮਰਜ਼ੀ ਜਾਵੇ, ਇੱਥੇ ਕਿਹੜੀ ਕੋਈ ਟੈਨਸ਼ਨ ਹੈ ਛੁੱਟੀ ਦੀ?
ਤੇ ਲਾਸਟ ਤੇ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਜਿਹੜੇ ਪਾਕਿਸਤਾਨੀ ਡਰਾਈਵਰ ਭਰਾ ਨਵੇਂ ਬੰਦੇ ਆਉਣਾ ਚਾਹੁੰਦੇ ਉਹਨਾਂ ਵਾਸਤੇ ਕੋਈ ਟਿਪ ਦਿਓ, ਕੋਈ ਮਸ਼ਵਰਾ ਦਿਓ ਉਹਨਾਂ ਨੂੰ? ਉਹਨਾਂ ਨੂੰ ਮਸ਼ਵਰਾ ਇਹੀ ਦੇਵਾਂਗੇ, ਆਓ ਬਿਸਮਿਲ੍ਲਾ ਜੀ, ਲਾਇਸੈਂਸ ਲਓ, ਕਮਾਈ ਕਰੋ, ਹਾਂਜੀ ਜੋਬ ਕਰੋ, ਬਸ ਆਪਣਾ ਬਿਜਨਸ ਵਾਲਾ ਗੱਡੀ ਲੈਣ ਵਾਲਾ ਨਾ ਸੋਚੋ, ਆਪਣੀ ਜੋਬ ਕਰੋ, ਉਹ ਸਹੀ ਹੈ। ਰਣ ਸਾਹਿਬ ਆਪਕਾ ਬਹੁਤ ਬਹੁਤ ਸ਼ੁਕਰੀਆ, ਆਪਨੇ ਬਹੁਤ ਅੱਛੀ ਅੱਛੀ ਬਾਤੇਂ ਬਤਾਈ। ਨਾਜ਼ਰੀਨ, ਇਹ ਰਾਣਾ ਸਾਹਿਬ ਹੈ, ਬਹੁਤ ਅਰਸੇ ਸੇ ਦੁਬਈ ਮੇਂ ਆਪਣਾ ਬਿਜ਼ਨਸ ਕਰ ਰਹੇ ਹੈਂ, ਇਹਨੂੰ ਤਕਰੀਬਨ 15-16 ਸਾਲ ਯਹਾਂ ਪੇ ਕਾਮ ਕੀਆ ਹੈ। ਇਨਸੇ ਹਮਨੇ ਬਾਤਚੀਤ ਕੀ, ਇਨਸੇ ਇਨਫੋਰਮੇਸ਼ਨ ਲੀ। ਅਗਲੀ ਵੀਡੀਓ ਤੱਕ ਆਪਣਾ ਖਿਆਲ ਰੱਖੇਗਾ। ਥੈਂਕਸ ਫੋਰ ਵਾਚਿੰਗ, ਅੱਲਾਹ ਹਾਫਿਜ਼।